पंजाब ते हिमाचल दी हद ते पिंड पंगल वासियां दा गुस्सा उस समय फुट पिया जदों बीते दो दिनों तो लगातार पंगल तो बाथी जाण वाले मार्ग ते 40 रुपए की पर्ची आम लोगों की भी कट्टी जा रही थी, जिसके विरोध में अज पिंड वासियां वल्लों मुख सड़क नूं जाम करके धरना लगा दिता गया। मामला इस हद तक पहुंच गया कि इस मामले नूं सुलझाउण लई नंगल पुलिस ने मौके ते आई ते उन्होंने आके इस मामले नूं शांत किया। बाकी तुसीं भी सुनो की कहना इस बारे पिंड वासियां दा, जगदीप शर्मा की विशेष रिपोर्ट। ਸਾਬਕਾ ਸਰਪੰਚ ਗੁਰਪਾਲ ਸਿੰਘ ਪਿੰਡ ਭੰਗਲ ਕੱਟ ਇਸ ਇੱਥੇ ਇਸ ਕਰਕੇ ਕੀਤਾ ਹੋਇਆ ਜੀ ਕਿ ਸਾਡਾ ਇੱਥੇ ਜਿਹੜਾ ਇਹਨਾਂ ਨੇ ਟੋਲ ਲਾਇਆ ਬਿਲਕੁਲ ਨਜਾਇਜ਼ ਹੈ। ਪਿਛਲੇ ਕਾਫੀ ਅਰਸੇ ਤੋਂ ਉੱਥੇ ਟੋਲ ਨਹੀਂ ਲੱਗ ਰਿਹਾ ਸੀ। ਪਹਿਲੀ ਗੱਲ ਤਾਂ ਇੱਥੇ ਟੋਲ ਹੈ ਹੀ ਆਥੋਰਾਈਜ਼ ਨਹੀਂ ਹੈ। ਇਹ ਟੋਲ ਜਿਹੜਾ ਬਾਥੂ ਜਿਹਾ ਪਰਚੀ ਦੇ ਉੱਤੇ ਜਿਹੜਾ ਲਿਖਿਆ ਹੋਇਆ ਉਹ ਵੀ ਬਾਥੂ ਲਿਖਿਆ ਹੋਇਆ, ਔਰ ਅਸੀਂ ਇਹ ਚਿੱਠੀ ਵੀ ਲਿਖੀ ਸੀ ਉਹਦੇ 'ਤੇ ਇਹਨਾਂ ਨੇ ਲਿਖਿਆ ਹੋਇਆ ਕਿ ਐਕਸਾਈਜ਼ ਬੈਂਡ 'ਤੇ ਆਥੋਰਾਈਜ਼ ਹੈ। ਬਟ ਹੁਣ ਸਾਨੂੰ ਝੁੰਗੀਆਂ ਜਾਣਾ ਅਤੇ ਉੱਪਰ ਵੀ ਟੋਲ ਪਲਾਜ਼ਾ, ਇੱਥੇ ਵੀ ਟੋਲ ਪਲਾਜ਼ਾ, ਜਦਕਿ ਜਿੰਨੀ ਪਿੰਡ ਭੰਗਲ ਦੀ ਐਕਟੀਵਿਟੀਜ਼ ਹੈ ਸਾਰੀਆਂ ਬਾਥੜੀ ਨੂੰ ਹੈ। 2 ਰੁਪਏ ਦੀ ਹਵਾ ਵੀ ਭਰਨੀ ਤਾਂ ਵੀ 40 ਰੁਪਏ ਦੀ ਪਰਚੀ ਲਾਉਣਗੇ, ਔਰ ਅਸੀਂ ਕੋ ਆਟਾ ਪਿਹਾਣਾ, ਸਬਜ਼ੀ ਕੋ, ਮੈਡੀਕਲ ਫੈਸਿਲਿਟੀ, ਇੱਥੋਂ ਤੱਕ ਕਿ ਸਾਡਾ ਡਾਕਖਾਨਾ ਵੀ ਪਿੰਡ ਭੰਗਲ ਔਰ ਮਿਹਨਤਪੁਰ ਦਾ ਬਾਥੜੀ ਹੈ ਜੀ। ਇਸ ਕਰਕੇ ਸਾਰੀਆਂ ਜਿੰਨੀਆਂ ਸਾਨੂੰ ਸਾਡੀ ਜਿੰਨੀ ਕੈਜੁਅਲਟੀ ਹੈ ਬਾਥੜੀ ਦੇ ਨਾਲ ਹੀ ਸੈਟਿੰਗ ਹੁੰਦੀ ਹੈ, ਕਿਉਂਕਿ ਇਹ ਤੋਂ ਬਿਨਾਂ ਸਾਡਾ ਕੋਈ ਇੱਧਰ ਕੋਈ ਹੈ ਨਹੀਂ ਹੈ। ਦੂਜੇ ਪਾਸੇ ਸਾਡੇ ਖੇੜਾ ਕਲਮੋਟ 5 ਕਿਲੋਮੀਟਰ ਦੂਰ ਹੈ, ਉੱਧਰ ਸਾਡਾ ਕੋਈ ਅਪ ਡਾਊਨ ਹੈ ਨਹੀਂ ਹੈ। ਅਸੀਂ ਆਪਣੇ ਤਹਿਸੀਲ ਨੂੰ ਜਾਣਾ, ਨੰਗਲ ਨੂੰ, ਕੋਈ ਸਾਡਾ ਕਾਗਜ਼ੀ ਕਾਰਵਾਈ ਹੈ ਸਾਰਾ ਵਾਇਆ ਬਾਥੜੀ ਹੈ। ਇਸ ਕਰਕੇ ਸਾਡੀ ਇਹ ਬੇਨਤੀ ਹੈ, ਸਰਕਾਰ ਤੋਂ ਮੰਗ ਹੈ ਕਿ ਜਿਹੜਾ 2 ਪਿੰਡਾਂ ਦਾ ਟੋਲ ਪਲਾਜ਼ਾ ਬੰਦ ਕੀਤਾ ਜਾਵੇ। ਇਸ ਤਰ੍ਹਾਂ ਹੈ ਵੀ ਇਹ ਜਦੋਂ ਦਾ ਠੇਕਾ ਨਵਾਂ ਚੱਲਿਆ ਹੈ, ਨਵਾਂ ਠੇਕੇਦਾਰ ਆਇਆ ਹੈ, ਔਰ ਜਿਹੜੇ ਇਹ ਪਿੰਡ ਹੈ, ਭੰਗਲ ਹੋ ਗਿਆ, ਮਿਹਨਤਪੁਰ ਹੋ ਗਿਆ, ਔਰ ਉਹਦੇ ਜਿਹੜੇ ਇੱਥੇ ਦੇ ਸੰਗਤ ਹੈ, ਲੋਕ ਹੈ, ਉਹਨਾਂ ਦਾ ਜਿਹੜਾ ਆਉਣਾ ਜਾਣਾ ਉਹ ਬਾਥੜੀ ਔਰ ਹਿਮਾਚਲ ਦੇ ਪਿੰਡਾਂ ਦੇ ਨਾਲ ਲੱਗਦੇ ਜਿਹੜੇ ਪਿੰਡ ਹੈ ਉਹਨਾਂ 'ਚ ਹੈ, ਰੋਜ਼ ਦਾ ਜਾਣਾ ਪੈਂਦਾ। ਤੋਂ ਇਹ ਜਿਹੜੇ ਹੈ ਟੂਲ 'ਤੇ ਬਹੁਤ ਤੰਗ ਕਰਦੇ ਆ, ਪਰਚੀ ਕਟਾ ਕੇ ਜਾਓ। ਇਸ ਕਰਕੇ 3-4 ਦਿਨ ਦਾ ਵਾਕਿਆ, ਵਿਸ਼ੇਸ਼ ਨੂੰ ਬੁਲਾਇਓ, 3-4 ਦਿਨ ਦਾ ਵਾਕਿਆ। ਅਸੀਂ ਸ਼੍ਰੀ ਚਰਨਛੋਹ ਗੰਗਾ, ਸਤਿਗੁਰੂ ਰਵਿਦਾਸ ਮਹਾਰਾਜ ਦੀ ਇਤਿਹਾਸਿਕ ਧਰਤੀ ਹੈ, ਉਸ ਜਗ੍ਹਾ ਦੇ ਉੱਤੇ ਸੰਗਤਾਂ ਵੱਡੇ ਪੈਮਾਨੇ 'ਚ ਆਉਂਦੀਆਂ, ਔਰ ਸਾਡੇ ਇੱਕ ਸੇਵਾਦਾਰ ਹੈ ਉਹਦੇ ਵਿੱਚੋਂ ਲੜ ਗਿਆ ਰਾਤ ਨੂੰ। ਅਸੀਂ ਆਪਣੀ ਗੱਡੀ ਭੇਜੀ ਹੈ, ਵੀ ਇਹਨੂੰ ਬਾਥੜੀ ਦੇ ਵਿੱਚ, ਇਸ ਬੇਟੇ ਨੂੰ ਵੀ ਬਾਥੜੀ ਡਾਕਟਰ ਦੇ ਕੋਲ ਜਾਓ ਅਤੇ ਇਹਦੇ ਟੀਕਾ ਲਵਾ ਦਿਓ। ਜਦੋਂ ਗਏ ਹਾਂ ਤਾਂ ਇਹਨਾਂ ਨੇ ਰੋਕ ਲਿਆ, ਔਰ ਇਹਨਾਂ ਨੇ ਘੱਟੋ ਘੱਟ 5 ਮਿੰਟ ਰੋਕ ਰੱਖਿਆ, ਜਦਕਿ ਇਹਦੇ ਵਿੱਚੋਂ ਲੜਿਆ ਸੀ। ਔਰ ਅਸੀਂ ਬਾਅਦ 'ਚ ਉਹਨਾਂ ਨੂੰ ਦੱਸਿਆ ਵੀ ਇਹਦੇ ਟੀਕਾ ਲਵਾਉਣਾ, ਟੀਕਾ ਲਵਾ ਕੇ ਇਹਦੇ ਲੜਿਆ ਹੈ, ਵਿੱਚੋਂ ਲੜਿਆ, ਅਤੇ ਇਸ ਕਰਕੇ ਹੋਸਪਿਟਲ ਜਾਣਾ, ਕਿਉਂਕਿ ਹੋਸਪਿਟਲ ਦੋਨੋਂ ਇੱਥੇ ਹੈ, ਬਾਥੜੀ ਹੈ। ਇਸ ਕਰਕੇ ਸੰਗਤਾਂ ਜਿਹੜੀਆਂ ਜਾਂਦੀਆਂ ਇਹਨਾਂ ਨੇ 5 ਮਿੰਟ ਰੋਕ ਕੇ ਹੀ ਜਾਣ ਦਿੱਤਾ। ਇਸ ਕਰਕੇ ਗੱਲ ਇਹ ਹੈ ਵੀ ਜਿਹੜਾ ਵੀ ਸਾਡੇ ਚਰਨਛੋਹ ਗੰਗਾ ਸੰਗਤ ਆਉਂਦੀ ਹੈ, ਰਾਤ ਨੂੰ ਬਿਮਾਰ ਹੁੰਦੀ ਹੈ, ਕਿਸੇ ਨੂੰ ਕੁਛ ਹੁੰਦਾ, ਸਾਨੂੰ ਜਾਣਾ ਪੈਂਦਾ, ਔਰ ਇਹ ਤੰਗ ਪਰੇਸ਼ਾਨ ਕਰਦੇ ਆ ਜਦ ਦਾ ਠੇਕਾ ਨਵਾਂ ਚੱਲਿਆ।